ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪੰਜਾਬ ਗਵਰਨਮੈਂਟ ਵੱਲੋਂ ਕਾਫੀ ਗ੍ਰਾਂਟ ਵੀ ਸਾਡੇ ਸਕੂਲ ਨੂੰ ਆਈ ਆ ਕੰਪੋਜ਼ਿਟ ਗ੍ਰਾਂਟ ਆਈ ਸੀ 25,000 ਜਿਹਦੇ ਨਾਲ ਆਪਾਂ ਸਕੂਲ ਦੀ ਬਿਊਟੀਫਿਕੇਸ਼ਨ ਦੇ ਵਿੱਚ ਮਤਲਬ ਬਿਊਟੀਫਿਕੇਸ਼ਨ ਕੀਤੀ ਬਾਕੀ ਪ੍ਰੀ ਪ੍ਰਾਇਮਰੀ ਦੀ ਗ੍ਰਾਂਟ ਜ਼ਿਆਦਾ ਆਉਂਦੀ ਆ ਕਿਉਂਕਿ ਹੁਣ ਗਵਰਨਮੈਂਟ ਨੂੰ ਵੀ ਪਤਾ ਲੱਗ ਗਿਆ ਆ ਕਿ ਜੇ ਆਪਾਂ ਪ੍ਰੀ ਪ੍ਰਾਇਮਰੀ ਵਾਲੇ ਬੱਚਿਆਂ ਵੱਲ ਧਿਆਨ ਦੇਵਾਂਗੇ ਕਿਉਂਕਿ ਉਹ ਸਾਡਾ ਮੇਨ ਬੇਸ ਆ ਉਹਦੇ ਨਾਲ ਹੀ ਸਾਨੂੰ ਅੱਗੇ ਤੋਂ ਅੱਗੇ ਐਡਮਿਸ਼ਨ ਮਿਲੂਗੀ ਪ੍ਰੀ ਪ੍ਰਾਇਮਰੀ ਵਾਲੇ ਬੱਚਿਆਂ ਨੂੰ ਇਸ ਸਾਲ 2017 ਤੋਂ ਪ੍ਰੀ ਪ੍ਰਾਇਮਰੀ ਸ਼ੁਰੂ ਹੋਈ ਸੀ ਅਸੀਂ ਪੇਰੈਂਟਸ ਨੇ ਬੱਚਿਆਂ ਦੇ ਪੇਰੈਂਟਸ ਨੇ ਤਾਂ ਅਸੀਂ ਬਹੁਤ ਡਿਮਾਂਡ ਕੀਤੀ ਸੀ ਕਿ ਇਹਨਾਂ ਨੂੰ ਵੀ ਯੂਨੀਫਾਰਮ ਮਿਲਣੀ ਚਾਹੀਦੀ ਆ ਸੋ ਇਸ ਸਾਲ ਸਾਰੇ LKUK ਨੂੰ ਗਵਰਨਮੈਂਟ ਵੱਲੋਂ ਯੂਨੀਫਾਰਮ ਵੀ ਆਈਆਂ ਆ ਬੈਗ ਵੀ ਆਈ ਆ ਹੋਰ ਬੈਗ ਦੇ ਅੰਦਰ ਕਾਫੀ ਇਹਨਾਂ ਦੇ ਟੋਇਸ ਵਗੈਰਾ ਹੈਗੇ ਆ ਸੋ ਅਸੀਂ ਬਹੁਤ ਧੰਨਵਾਦੀ ਹਾਂ ਪੰਜਾਬ ਗਵਰਨਮੈਂਟ ਦੇ ਜਿਹੜਾ ਉਹ ਸਰਕਾਰੀ ਸਕੂਲਾਂ ਵੱਲ ਇੰਨਾ ਧਿਆਨ ਦੇ ਰਹੇ ਆ ਪਰ ਨਾਲ ਹੀ ਮੈਂ ਪੰਜਾਬ ਗਵਰਨਮੈਂਟ ਨੂੰ ਰਿਕੁਐਸਟ ਵੀ ਕਰਨਾ ਚਾਹੁੰਦੀ ਹਾਂ ਕਿ ਸਾਡੀ ਕਈ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੋਸਟਾਂ ਬਹੁਤ ਵੇਕੈਂਟ ਆ ਜੇ ਟੀਚਰਸ ਨਹੀਂ ਹੋਊਗੇ ਤਾਂ ਅਸੀਂ ਬੱਚਿਆਂ ਨੂੰ ਕੀ ਪੜ੍ਹਾਵਾਂਗੇ ਇਸ ਕਰਕੇ ਵੱਧ ਤੋਂ ਵੱਧ ਟੀਚਰ ਹੁਣ ਉਹਨਾਂ ਦੀਆਂ ਐਡ ਕੱਢ ਕੇ ਉਹ ਇੱਥੇ ਭੇਜਣੇ ਚਾਹੀਦੇ ਆ ਥੈਂਕ ਯੂ ਬਾਕੀ ਮੈਂ ਪੰਜਾਬੀਆਂ ਦੀ ਆਵਾਜ਼ ਚੈਨਲ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡਾ ਇੱਥੇ ਆਣ ਕੇ ਹੌਸਲਾ ਅਫਜ਼ਾਈ ਕੀਤਾ ਸੋ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ ਥੈਂਕ ਯੂ ਮੈਮ ਕਵਰੇਜ ਹੋ ਰਹੀ ਆ ਤੁਹਾਡੀ ਅੱਜ ਸ਼ਾਮ ਨੂੰ ਜਾਂ ਸ਼ਾਮ ਤੱਕ ਮੇਰਾ ਖਿਆਲ ਅਪਡੇਟ ਕਰ ਦੂਗੇ ਤੁਹਾਡੀਆਂ ਫੋਟੋਆਂ ਯੂਟਿਊਬ ਚੈਨਲ ਦੇ ਉੱਤੇ ਚੱਲਦੀਆਂ ਸ਼ਾਮ ਨੂੰ ਨਜ਼ਰ ਆਉਣਗੀਆਂ ਸੋ ਇਹ ਮੈਡਮ ਸਾਡੇ ਟੀਚਰ ਮੈਡਮ ਜੀ ਮਾਝਾ ਪ੍ਰੋਗਰਾਮ ਤੋਂ ਸ਼ੁਰੂ ਕਰੋਗੇ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਅਤੇ ਆਪ ਅੱਜ ਆਪਣੇ ਜੋ ਬੱਚਿਆਂ ਦੀਆਂ ਤੁਹਾਡੇ ਐਕਟੀਵਿਟੀ ਜਾਂ ਪੂਰੇ ਸਾਲ ਦੀਆਂ ਪ੍ਰੀ ਪ੍ਰਾਇਮਰੀ ਪੰਜਾਬ ਸਰਕਾਰ ਦਾ ਇਹ ਬਹੁਤ ਉਪਰਾਲਾ ਹੈਗਾ ਜੀ ਅੱਜ ਗ੍ਰੈਜੂਏਟ ਸੈਰੇਮਨੀ ਸਾਡੇ ਵਾਈਸ ਚੇਅਰਮੈਨ ਇਸ ਸੁਲਤਾਨ ਸਕੂਲ ਦੇ ਕਮੇਟੀ ਦੇ ਮੈਂਬਰ ਜੀ ਮੈਡਮ ਨੀਤੂ ਜੀ ਇਹ ਸਾਡੇ ਸਟੇਟ ਵਾਰਡੀ ਮੈਡਮ ਪਰਮਜੀਤ ਕੌਰ ਜੀ ਸੁਸਾਇਟੀ ਟੀਚਰ ਇਹ ਸਾਡੇ ਮੈਡਮ ਸੁਖਵਿੰਦਰ ਕੌਰ ਜੀ ਹੈੱਡ ਟੀਚਰ ਸੂਸ ਅਤੇ ਮੈਂ ਜੀ ਇੱਥੇ ਕਲਸਟਰ ਦੇ ਇੰਚਾਰਜ CHT ਹਰਮੇਸ਼ ਲਾਲ ਜੀ ਹਾਂਜੀ ਧੰਨਵਾਦ ਅੱਜ ਸਕੂਲ ਸੂਸਾ ਦੇ ਵਿੱਚ ਅਸੀਂ ਪਹੁੰਚੇ ਹਾਂ ਕਿ ਇੱਥੋਂ ਦੇ ਜਿਹੜੇ ਗ੍ਰੈਜੂਏਸ਼ਨ ਸੈਰੇਮਨੀ ਹੈ ਉਹਦਾ ਅੱਜ ਆਯੋਜਿਤ ਕੀਤਾ ਜਾ ਰਿਹਾ ਅੱਜ ਇੱਥੋਂ ਦੇ ਜਿਹੜੇ ਟੀਚਰ ਸਾਹਿਬਾਨ ਨੇ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਅੱਜ ਕਿਸ ਤਰ੍ਹਾਂ ਲੱਗ ਰਿਹਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕੀ ਨਾਮ ਮੈਮ ਆਪਣਾ ਸੁਖਵਿੰਦਰ ਕੌਰ ਜੀ ਤੁਸੀਂ ਹੈੱਡ ਟੀਚਰ ਹੋ ਹਾਂਜੀ ਅੱਛਾ ਮੈਮ ਕਿਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਅੱਜ ਗ੍ਰੈਜੂਏਸ਼ਨ ਸੈਰੇਮਨੀ ਤੁਸੀਂ ਮਨਾ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਅੱਜ ਸਰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਆ ਫੁੱਲਾਂ ਜੈਸੇ ਉਹ ਹੁਣ ਪਹਿਲੀ ਕਲਾਸ ਵਿੱਚ ਜਾ ਰਹੇ ਆ ਅਤੇ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਜ਼ਿਆਦਾ ਮਿਹਨਤ ਕਰਨ ਦੀ ਉਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਇਸ ਕਰਕੇ ਸੱਦਿਆ ਆ ਤਾਂ ਜੋ ਪੇਰੈਂਟਸ ਵੀ ਦੇਖ ਸਕਣ ਕਿ ਸਾਡੀ ਸਰਕਾਰ ਜਿਹੜੀ ਹੈ ਬੱਚਿਆਂ ਨੂੰ ਉੱਪਰ ਚੱਕਣ ਲਈ ਕੀ ਕੀ ਉਪਰਾਲੇ ਕਰ ਰਹੀ ਹੈ ਅਤੇ ਇਸ ਕਰਕੇ ਸਾਨੂੰ ਬਹੁਤ ਵਧੀਆ ਬਹੁਤ ਖੁਸ਼ੀ ਹੋ ਰਹੀ ਹੈ ਕੀ ਬਾਤ ਹੈ ਅੱਛਾ ਮੈਮ ਇੱਥੇ ਕੀ ਬੱਚੇ ਦੀ ਗੈਦਰਿੰਗ ਕਿੰਨੀ ਹੈ ਗੈਦਰਿੰਗ ਇੱਥੇ ਪਹਿਲਾਂ ਜਦੋਂ ਮੈਡਮ ਮੇਰੇ ਤੋਂ ਪਹਿਲਾਂ ਆਏ ਆ ਐਸ ਟੀ
स्टेट ऑफ बॉडी मैडम जी, तो इन्होंने जो आए थे तो 45 से बच्चे, पर इन्होंने मेरे तो पहला बहुत मेहनत की है, मेहनत करके इन्होंने इस वेले 81 बच्चे हो गए आ। तो असी होर भी गह आस करते हैं कि इस स्कूल का दाखला जो बद तो बद बधाया जा सके। क्या बात है। अच्छा मैम, इस तों अलावा जी गल करिए तो तुहानू की लगता वा कि पंजाब सरकार वालों जिहड़ियां हदायतां कीते जा रही वादे कीते जा रहे कि पूरे होणगे? सानू बहुत उम्मीद है जी सरकार तो कि साढ़े स्कूलों नू दा जिहड़ा लैवल आ उपर चकण वास्ते सरकार वादे कर रही है, तो सानू उन्हां ते आस भी है कि पूरे होणगे। क्या बात है जी, शुक्रिया जी तुहाडा। सति श्री अकाल मैम। सति श्री अकाल जी। की नाम मैम अपना? मेरा नाम सर परमजीत कौर। परमजीत कौर जी, ये दसो मैम कि जिस तरह अज ग्रैजुएशन सैरमनी मनाया जा रहा वा कि यदा मेन मतलब की है, तुसी ये किस तरह मतलब के की कहना चाहते इस चीज़ बारे, ये क्यों मनाया जाता है? हाँ जी, ये ग्रैजुएशन सैरेमनी ये बहुत वधिया उपराला आ, क्योंकि पहला ही प्राइवेट स्कूल दे विच हुंदा सी, ता हुण गवर्नमेंट स्कूलों दे विच भी ये काम शुरू होया आ, इहदे नाल साडे मतलब एडमिशन दे विच ही बहुत फर्क पैंदा आ। इस करके वो ग्रैजुएशन सैरेमनी दे नाल बच्चियां नू एक एंजॉयमेंट, जस्ट एंजॉयमेंट भी हो जाती है, एक पेरेंट्स नू भी पता लग जाता है कि हाँ साढ़े बच्चियां दे भी चा लाड हो रहे हैं, क्योंकि जो पहला गवर्नमेंट स्कूलों का थोड़ा जिहा रैपो डाउन हो गया सी, पर हुण काफ़ी एक्टिविटीज़ होंदियां आ, इस दे नाल साढ़े एडमिशन दे विच भी फर्क पिया आ, तो बच्चे और पेरेंट्स बहुत इंजॉय करते हैं। ओके okay। अच्छा मैम, जिस तरह प्राइवेट स्कूलों की गल कर लिए या अपने गवर्नमेंट स्कूलों की गल कर लिए, अज का तुहाडे स्कूल का इनवायरमेंट देख के लगता कि प्राइवेट तो भी उत्ते ही आ, ते तो तुसीं की कहना चाहुंदे आ कि प्राइवेट स्कूलों की जिहड़ी एजुकेशन आ और गवर्नमेंट की एजुकेशन आ उहदे विच किन्ना अंतर हैगा आ? हाँ जी, बहुत अंतर आ। सोचण वाली गल आ कि जिहड़े गवर्नमेंट स्कूल आ उहदे विच जिहड़े टीचर आ 3-4 टैसट दे के फिर आउंदे आ, है ना, होर जिहड़े प्राइवेट आ उहदे विच कोई टैसट दा तां हुंदा नहीं हैगा, कोई खास उन्हां नूं सैलरी भी नहीं मिलदी आ, इस करके उन्हां नूं की लोड़ पई आ इन्नी पेन लैण दी, साढ़े उत्तों दी हाई अथॉरिटी वगैरह चैक करन आउंदे आ, फिर साडा हर चीज़ दा रिस्क हुंदा आ, असीं बच्चियां दी फीलिंग्स नाल जुड़े हाँ, प्राइवेट स्कूल वाले जस्ट तां जस्ट फीस दे नाल जुड़े आ कि जे फीस देणगे बच्चे तां आपां पढ़ावांगे, नहीं तां कई स्कूलों के ऐदा भी हुंदा आ जे फीस एक दिन भी लेट हो गई उन्हां नूं क्लास तो बाहर कढ दित्ता जांदा है, पर असी अपने बच्चियां नूं जे किसी दी कॉपीज पेन या पेंसिल नहीं हैगी, असी अपना स्टॉक रख्या हुंदा आ, तां असी ओह बच्चियां नूं फ्री देईदा आ। अच्छा मैम, बच्चियां नूं मोटीवेट किस तरह तुसीं करदे आ, जिस तरह हुण अगले जिहड़े हुण बच्चे आ ग्रैजुएशन सैरमनी तों बाद ओह अगली क्लास विच जिहड़े जा रहे उहनां नूं किस तरह तुसीं मोटीवेट करना चाहुंदे आ? असीं जस्ट यही मोटीवेशन आ कि असीं साडी पढ़ाई दा ढंग ही प्ले वे मैथड आ, असीं कदे प्रैशर दे नाल बच्चां नूं नहीं पढ़ाउंदे आ, एक्टिविटीज़ थ्रू प्ले वे मैथड थ्रू ही असीं पढ़ाउंदे आ। ओके। उन्हां दी ऑलराउंड डिवेलपमेंट दी साडी पूरी कोशिश हुंदी आ कि जे कोई बच्चा ड्रॉइंग 'च आ उहनूं आपां ड्रॉइंग 'च परफेक्ट करना, कोई हैंड राइटिंग 'च आ, कोई गेम्स 'च आ, असीं उह बच्चे नूं पछाण के ਤਾਂ ਅਸੀਂ ਉਹਨਾਂ ਦਾ ਪੂਰਾ ਧਿਆਨ ਦਿੰਦੇ ਹਾਂ ਜੀ। ਸ਼ੁਕਰੀਆ ਮੈਮ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਸਰ ਆਪਣਾ? ਮੇਰਾ ਸਰ ਹਰਮੇਸ਼ ਲਾਲ। ਹਰਮੇਸ਼ ਲਾਲ ਜੀ, ਇਹ ਦੱਸੋ ਜੀ ਜਿਹੜਾ ਅੱਜ ਵੈਸੇ ਤੁਹਾਡੀ ਡੈਜ਼ਿਗਨੇਸ਼ਨ ਕੀ ਹੈਗਾ? ਮੇਰਾ ਇਹ ਕਲਸਟਰ ਮੇਰਾ ਸੀਐਚਟੀ ਹੈ ਸਰ, ਇਹ ਮੇਰੇ ਕਲਸਟਰ ਦਾ ਸਕੂਲ ਆ ਜੀ। ਓਕੇ, ਕਿੰਨੇ ਅੰਡਰ ਤੁਹਾਡੇ ਸਕੂਲ ਅੰਡਰ ਦੇ? 8 ਆ ਸਰ। 8 ਦੇ ਵਿੱਚ ਇਸ ਵੇਲੇ ਇਨਵਾਇਰਮੈਂਟ ਕਿੱਦਾਂ ਦਾ ਆ? ਇੱਥੇ ਤਾਂ ਦੇਖ ਕੇ ਬਹੁਤ ਵਧੀਆ ਲੱਗ ਰਿਹਾ, ਬਾਕੀ ਦਾ ਇਨਵਾਇਰਮੈਂਟ ਕਿੱਦਾਂ ਹੈ? ਇਨਵਾਇਰਮੈਂਟ ਸਰ ਜਿਸ ਤਰ੍ਹਾਂ ਇਹ ਸਾਡੇ ਮੈਡਮ ਸਟੇਟ ਬਾਡੀ ਪਰਮਜੀਤ ਕੌਰ ਜੀ, ਸਾਡੇ ਹੈੱਡ ਟੀਚਰ ਸੁਖਵਿੰਦਰ ਕੌਰ ਜੀ, ਬਾਕੀ ਸਕੂਲਾਂ ਦਾ ਇਨਵਾਇਰਮੈਂਟ ਇੰਨਾ ਤਾਂ ਹੈ ਨਹੀਂ, ਪਰ ਉੱਧਰ ਨੂੰ ਮਿਹਨਤ ਹੋ ਰਹੀ ਹੈ ਜੀ। ਹੁਣ ਮੇਰਾ ਖਿਆਲ ਹੈ ਵੀ ਆਉਣ ਵਾਲੇ 1-2 ਸਾਲ ਦੇ ਵਿੱਚ ਇਸ ਲੈਵਲ 'ਤੇ ਸਾਰੇ ਆ ਜਾਣਗੇ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅੱਛਾ ਸਰ, ਜਿਹੜੀ ਅੱਜ ਗ੍ਰੈਜੂਏਸ਼ਨ ਸੈਰਮਨੀ ਹੋ ਰਹੀ ਹੈ ਉਹਦੇ ਬਾਰੇ ਤੁਹਾਡੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਮਤਲਬ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਵਾ, ਕੀ ਆਪਣੇ ਬੱਚੇ ਕੀ ਪ੍ਰੋਗਰਾਮ ਜਿਹੜੇ ਹੈਗੇ ਰੰਗਾਰੰਗ ਪ੍ਰੋਗਰਾਮ ਜਿਹੜਾ ਹੈਗਾ ਪੇਸ਼ ਕਰਨ ਜਾ ਰਿਹਾ ਜੀ? ਬੱਚੇ ਜੋ ਸਾਲ ਭਰ ਉਹਨਾਂ ਨੇ ਐਕਟੀਵਿਟੀਜ਼ ਸਿੱਖੀਆਂ ਹੈਗੀਆਂ ਜੀ, ਉਹ ਆਪਣੀਆਂ ਅਦਾਕਾਰੀਆਂ ਜੋ ਵੀ ਹੈਗੀਆਂ ਇੱਥੇ ਪੇਸ਼ ਕਰਨਗੇ। ਇੱਥੇ ਦੂਸਰਾ ਆਪਣਾ ਜੋ ਪ੍ਰੋਗਰਾਮ ਹੈ ਸਕੂਲ ਦਾ ਉਹ ਪੇਸ਼ ਕਰਨਗੇ, ਅਤੇ ਬਾਕੀ ਇਹ ਆ ਵੀ ਜੋ ਮੈਡਮ ਹੁਣੀ ਸਿਖਾ ਲਿਆ ਉਹ ਵੀ ਪਿੰਡ ਵਾਲਿਆਂ ਨੂੰ ਪਤਾ ਲੱਗੂਗਾ ਵੀ ਅਸੀਂ ਕੀ ਕੁਛ ਇਹਨਾਂ ਤੋਂ ਬੱਚਿਆਂ ਨੇ ਸਾਡਿਆਂ ਸਿੱਖਿਆ ਹੈਗਾ। ਠੀਕ ਹੈ ਜੀ। ਅੱਛਾ ਸਰ, ਜਿਹੜੇ ਮੈਂ ਦੇਖਿਆ ਵਾ ਕਾਫੀ ਤਾਂ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜੇ ਟੀਚਰਸ ਆ ਕੁਛ ਪਲੱਸ 2 ਪੜ੍ਹੇ ਜਾਂ ਗ੍ਰੈਜੂਏਸ਼ਨ ਵਾਲੇ ਹੁੰਦੇ ਆ, ਪਰ ਉਹ
इन्ना नहीं डिजर्व करते हैं, पर जिहड़े अपने गवर्नमेंट स्कूल वाले जिहड़े हैगे टीचर्स हैगे आ इह डिग्रियां वाले हैगे आ इत्थे स्टूडेंट्स ना आउण करके प्राइवेट जाते, तुसीं इहदे बारे की कहना चाहुंदे, की उन्हां नूं मोटीवेट करना चाहुंदे तुसीं? भाई जी पहले समयां दीआं गल्लां सी, हुण ते इस टाइम तुसीं देखो साडे चीफ मिनिस्टर साहब सरदार भगवंत सिंह जी मान, साडे ईएम साहब हरजोत सिंह जी बैंस, ते बाकी जो साडा अमला पिछे उन्हां दे अधिकारी आ, जिस तरह साढ़े डिस्ट्रिक्ट नूं साढ़े डीओ साहब संजीव गौतम जी, डिप्टी डीओ साहब साढ़े सुरविंदर सिंह जी, ते जो साढ़े ब्लॉक दे बीपीओ साहब आ श्री राजकुमार जी, ते प्लस असीं हो गए स्कूल दे स्टाफ मैंबर हो गए जिहड़े जिहड़े स्कूल दे हैगे आ, बहुत दब के मेहनत हो रही है जी, ते आपां जो हैगा भी आने वाले सालों के बच्चे ये सारा कुछ बदल के रख देंगे जी, जे साढ़े उत्ते इदां दे सेनापति रहे जी। क्या बात है जी, क्या बात है, शुक्रिया तुहाडा जी, सत श्री अकाल मैम। ਮੈਮ ਇੱਥੇ ਦੇ ਟੀਚਰ ਹੋ? ਨਹੀਂ ਜੀ, ਮੇਰੇ ਬੱਚੇ ਇੱਥੇ ਪੜ੍ਹ ਰਹੇ ਨੇ। ਹਾਂਜੀ ਹਾਂਜੀ। ਅੱਛਾ ਮੈਮ, ਤੁਹਾਡੇ ਬੱਚੇ ਇੱਥੇ ਪੜ੍ਹ ਰਹੇ ਆ, ਅਤੇ ਕਿਸ ਤਰ੍ਹਾਂ ਲੱਗ ਰਿਹਾ ਕਿ ਤੁਹਾਡੇ ਬੱਚਿਆਂ ਨੂੰ ਕਿੰਨੀ ਕੁ ਅੱਛੀ ਐਜੂਕੇਸ਼ਨ ਮਿਲਦੀ ਵੀ ਤੁਹਾਡੇ ਅਕੋਰਡਿੰਗ? ਹਾਂਜੀ ਸਰ, ਬਹੁਤ ਵਧੀਆ ਮੇਰੇ ਬੱਚਿਆਂ ਨੂੰ, ਜੈਸੇ ਕਿ ਪਹਿਲਾਂ ਮੇਰਾ ਬੇਟਾ ਜਿਹੜਾ ਸੀ ਨਾ, ਉਹ ਇੰਗਲਿਸ਼ ਸਕੂਲ ਦੇ ਵਿੱਚ ਮੈਂ ਪਾਇਆ ਸੀ ਕੋਵਿਡ ਦੇ ਕਾਰਨ, ਫਿਰ ਮੈਂ ਉਹਨੂੰ ਇੱਥੇ ਐਡਮਿਸ਼ਨ ਦਵਾਈ, ਠੀਕ ਹੈ, ਕਿਉਂਕਿ ਉਹਨੇ ਹੁਣ ਫੋਰਥ ਫਿਫਥ ਇੱਥੇ ਕੀਤੀ ਆ, ਅਤੇ ਬਹੁਤ ਵਧੀਆ ਪੁਜੀਸ਼ਨ 'ਚ ਰਿਹਾ, ਅਤੇ ਗੁੜੀਆ ਮੇਰੀ ਛੋਟੇ ਲੈਵਲ 'ਤੇ ਆ, ਅਗਰ ਦੇਖਿਆ ਜਾਵੇ ਉਹਦੇ ਵਿੱਚ ਐਕਟੀਵਿਟੀ ਇੰਨੀ ਆ, ਕਿਉਂਕਿ ਜਦੋਂ ਆਪਾਂ ਇੰਗਲਿਸ਼ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਾਉਂਦੇ ਹਾਂ ਨਾ, ਉੱਥੇ ਆਪਾਂ ਸੋਚਦੇ ਹਾਂ ਕਿ ਬੱਚੇ ਸਾਡੇ ਹਾਈ ਲੈਵਲ 'ਤੇ ਜਾਂਦੇ ਆ, ਬਟ ਜੋ ਬੱਚੇ ਦੀ ਮੈਂਟੈਲਿਟੀ ਹੈ ਨਾ, ਜੋ ਉਹਨਾਂ ਦੇ ਦਿਮਾਗ ਦਾ ਜਿਹੜਾ ਕਹਿੰਦੇ ਹੁੰਦੇ ਨਾ ਕਿ ਬੱਚੇ ਜ਼ਿਆਦਾ ਸਟ੍ਰੈਸ ਲੈਂਦੇ ਆ ਇੰਗਲਿਸ਼ ਸਕੂਲਾਂ ਦੇ ਵਿੱਚ, ਕਿਉਂਕਿ ਉੱਥੇ ਬਰਡਨ ਜ਼ਿਆਦਾ ਹੁੰਦਾ ਪੜ੍ਹਾਈ ਦਾ, ਬਟ ਇੱਥੇ ਉਹਨਾਂ ਨੂੰ ਨਾਲ ਦੀ ਨਾਲ ਡੇ ਬਾਏ ਡੇ ਉਹਨਾਂ ਨੂੰ ਕੋਈ ਨਾ ਕੋਈ ਐਕਟੀਵਿਟੀ ਕਰਵਾਈ ਜਾਂਦੀ ਆ, ਅਤੇ ਜਿਹਦੇ ਨਾਲ ਬੱਚਾ ਐਕਟਿਵ ਹੀ ਰਹਿੰਦਾ ਆ। ਹਾਂਜੀ, ਅਤੇ ਬਹੁਤ ਵਧੀਆ ਫੀਲ ਹੋ ਰਿਹਾ ਸਾਨੂੰ, ਅਤੇ ਬਾਕੀ ਗੁੜੀਆ ਮੇਰੀ ਹੁਣ ਫਸਟ ਹੋ ਰਹੀ ਆ, ਅਤੇ ਫਿਫਥ ਤੱਕ ਇੱਥੇ ਜਾਏਗੀ, ਤਾਂ ਬੇਟਾ ਅੱਜ ਮੇਰਾ ਇੱਥੋਂ ਯਾਨੀ ਕਿ ਕੱਲ੍ਹ ਉਹਨੇ ਇੱਥੋਂ ਚੱਲ ਜਾਣਾ, ਤਾਂ 60 ਹੋ ਗਿਆ। ਓਕੇ, ਕੀ ਥੈਂਕ ਯੂ ਕਰਨਾ ਚਾਹੁੰਦੇ ਤੁਸੀਂ ਇਸ ਟੀਚਰ? ਮੈਂ ਆਪਣੇ ਪਰਮਜੀਤ ਮੈਡਮ ਦਾ ਬਹੁਤ ਥੈਂਕ ਯੂ ਕਰਦੀ, ਕਿਉਂਕਿ ਇਹਨਾਂ ਨੇ ਇੱਕ ਟਾਈਮ ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਸਮਝਾਇਆ ਸੀਗਾ, ਕਿਉਂਕਿ ਆਪਣਾ ਕੀ ਸੀਗਾ ਵੀ ਇਹੀ ਸੀ ਕਿ ਜਿੱਥੇ ਮੇਰਾ ਬੇਟਾ ਪੜ੍ਹਦਾ ਹੈ ਇੰਗਲਿਸ਼ ਸਕੂਲ ਦੇ ਵਿੱਚ, ਅਤੇ ਉੱਥੇ ਮੈਂ ਆਪਣੀ ਗੁੜੀਆਂ ਨੂੰ ਲਗਾਊਂਗੀ, ਬਟ ਇਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਸਮਝਾਇਆ, ਅਤੇ ਅੱਜ ਮੈਂ ਦੇਖਦੀ ਹਾਂ ਕਿ ਡਿਸੀਜ਼ਨ ਇਹਨਾਂ ਦੀ ਡਿਸੀਜ਼ਨ ਦੀ ਬਦੌਲਤ ਅੱਜ ਅਸੀਂ ਸਾਡੇ ਆਪਣੇ ਬੱਚਿਆਂ ਨੂੰ ਇੱਥੇ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ। ਕਿਆ ਬਾਤ ਹੈ, ਕਿਆ ਬਾਤ ਹੈ, ਸ਼ੁਕਰੀਆ, ਥੈਂਕ ਯੂ। ਹਾਂ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਕੀ ਨਾਮ ਮੈਮ ਆਪਣਾ? ਨੀਤ ਸਿੰਘ। ਮੈਮ, ਤੁਸੀਂ ਇੱਥੇ ਚੀਫ ਗੈਸਟ ਹੋ ਐਜ਼ ਏ, ਤੁਹਾਨੂੰ ਕੀ ਲੱਗਦਾ ਆ ਕਿ ਇੱਥੋਂ ਦਾ ਜਿਹੜਾ ਇਨਵਾਇਰਮੈਂਟ ਆ ਕਿੰਨੇ ਕੁ ਟਾਈਮ ਤੋਂ ਮਤਲਬ ਕਿ ਇਸੇ ਤਰ੍ਹਾਂ ਚੱਲਦਾ ਆ ਰਿਹਾ ਆ, ਅਤੇ ਇੱਥੇ ਕਿਹਦਾ ਕਿਹਦਾ ਸਹਿਯੋਗ ਹੈਗਾ ਆ? ਇਹ ਸਰ ਬਿਲਕੁਲ ਮੈਂ ਇਹ ਗੱਲ ਤੋਂ ਤੁਹਾਡੀ ਐਗਰੀ ਹਾਂ ਕਿ ਪਰਮਜੀਤ ਮੈਡਮ ਦਾ ਹੀ ਇਸ 'ਚ ਸਹਿਯੋਗ ਆ, ਕਿਉਂਕਿ ਜਦੋਂ ਪਹਿਲੇ ਅਸੀਂ ਬੱਚੇ ਲਗਾਏ ਆ ਇੱਥੇ, ਮੇਰੀ ਵੱਡੀ ਬੇਟੀ ਪਹਿਲੇ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਸੀ, ਉਦੋਂ ਮੈਂ ਇੱਥੇ ਜਦੋਂ ਐਡਮਿਸ਼ਨ ਕਰਵਾਈ ਤਾਂ ਸਕੂਲ ਦਾ ਇਨਵਾਇਰਮੈਂਟ ਇੰਨਾ ਵਧੀਆ ਨਹੀਂ ਸੀਗਾ, ਅਤੇ ਜਦੋਂ ਉਹਦੇ ਪਰਮਜੀਤ ਮੈਡਮ ਆਏ ਆ ਤਾਂ ਇਹਨਾਂ ਨੇ ਬਹੁਤ ਡਿਵੈਲਪਮੈਂਟ ਕੀਤੀ ਆ ਸਕੂਲ ਦੀ। ਓਕੇ, ਇੱਥੋਂ ਦੇ ਸਾਰੇ ਟੀਚਰਸ ਦਾ ਕਿੰਨਾ ਕੁ ਯੋਗਦਾਨ ਰਿਹਾ ਵਾ ਮਤਲਬ ਕਿ ਇਸ ਚੀਜ਼ ਨੂੰ ਉੱਪਰ ਲੈ ਕੇ ਜਾਣ ਦਾ? ਹਾਂਜੀ, ਸਾਰਿਆਂ ਨੇ ਸਹਿਯੋਗ ਦਿੱਤਾ ਬਿਲਕੁਲ ਮੈਡਮ ਦਾ ਹਰ ਚੀਜ਼ ਨਾਲ ਹੀ। ਓਕੇ, ਆਪਣੇ ਇੱਥੇ NRI ਵੀ ਸਹਿਯੋਗ ਕਰਦੇ ਆ ਜਾਂ ਫਿਰ ਮਤਲਬ ਕਿ ਆਪਣੇ ਜਿਹੜੇ ਪਿੰਡ ਦੇ ਸਹਿਯੋਗ ਜਿਹੜੇ ਹੈਗੇ ਉਹਦੇ ਨਾਲ ਹੀ ਕੰਮ ਹੋ ਰਿਹਾ ਸਾਰਾ? ਨਹੀਂ ਸਰ, NRI ਵੀ ਬਹੁਤ ਸਹਿਯੋਗ ਕਰਦੇ। ਉਹਨਾਂ ਦੇ ਕੁਛ ਨਾਮ ਬੋਲ ਸਕਦੇ? ਤੁਹਾਨੂੰ ਨਾਮ ਪਤਾ ਕੁਛ? ਹਾਂਜੀ, ਸਰਦਾਰ ਅਮਰੀਕ ਸਿੰਘ, ਸਰਦਾਰ ਅਜੀਤ ਸਿੰਘ, ਮੇਨ ਦੋ ਹੀ ਆ। ਉਹਨਾਂ ਦਾ ਕੀ ਧੰਨਵਾਦ ਕਰਨਾ ਚਾਹੁੰਦੇ ਆ? ਹਾਂਜੀ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਜਿਹੜੇ ਆ ਇੱਥੇ ਡਿਵੈਲਪਮੈਂਟ ਹੋਈ ਆ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਾਡਾ। ਠੀਕ ਹੈ, ਸ਼ੁਕਰੀਆ ਜੀ ਤੁਹਾਡੀ। ਆਹ ਦੇਖੋ ਜੀ, ਤੁਸੀਂ ਦੇਖ ਸਕਦੇ ਆ ਇੱਥੇ ਜਿਹੜਾ ਮੌਕਾ ਆ, ਜਿਹੜੀ ਮੌਕੇ 'ਚ ਤਸਵੀਰਾਂ ਨੇ ਜਿਹੜੀਆਂ ਇਹ ਤੁਸੀਂ ਦੇਖ ਸਕਦੇ ਆ, ਇੱਥੋਂ ਦੀ ਇੱਕ ਪਾਰਕ ਬਣਾਈ ਗਈ, ਛੋਟੀ ਜਿਹੀ ਪਾਰਕ ਬਣਾਈ ਗਈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਕਾਫੀ ਜ਼ਿਆਦਾ ਕੁਛ ਸਿੱਖਣ ਨੂੰ ਹੈਗਾ ਵਾ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ, ਜਦੋਂ ਉਹ ਮਾਰਕੀਟ ਨਿਕਲਣਗੇ ਜਾਂ ਫਿਰ ਉਹ ਕਿਤੇ ਆਪਣੀ ਕੋਈ ਕਨਵੈਂਸ ਚਲਾਉਣਗੇ ਤਾਂ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਦਾ ਸਾਹਮਣਾ ਕਰਨਾ ਪਊਗਾ, ਕਿਸ ਕਿਸ ਚੀਜ਼ ਦੇ ਰੂਲ ਰੈਗੂਲੇਸ਼ਨ ਜਿਹੜੇ ਹੈਗੇ ਆ ਉਹਨਾਂ ਨੂੰ ਫੋਲੋ ਕਰਨੇ ਪੈਣਗੇ, ਉਹ ਸਾਰਾ ਇਸੇ ਜਗ੍ਹਾ 'ਤੇ ਦਿੱਤਾ ਗਿਆ ਆ। ਅਤੇ ਆਓ, ਅਤੇ ਕੁਛ ਹੋਰ ਵੀ ਸਾਡੇ ਮੈਮ ਕਹਿਣਾ ਚਾਹੁੰਦੇ ਨੇ, ਆਓ ਇੱਕ ਵਾਰੀ ਫਿਰ ਉਹਨਾਂ ਨਾਲ ਗੱਲਬਾਤ ਕਰੀਏ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਹੋਰ ਸਾਡੇ ਇੱਥੇ NRI ਸਾਡੀ ਪੰਚਾਇਤ ਮੈਂਬਰ ਔਰ ਸਾਡੇ ਇੱਥੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ, ਉਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਆ, ਕਿਉਂਕਿ ਆਪਾਂ ਇਕੱਲੇ ਕੁਛ ਨਹੀਂ ਕਰ ਸਕਦੇ, ਹਰ ਕਿਸੇ ਨੂੰ ਇੱਕ ਟੀਮ ਵਰਕ ਦੇ ਨਾਲ ਹੀ ਕੰਮ ਹੁੰਦੇ ਆ, ਤਾਂ ਸਾਡਾ ਟੀਮ ਵਰਕ ਜਿਹੜੇ ਸਾਡੇ ਟੀਮ ਵਰਕ ਦੇ ਮੈਂਬਰ ਆ ਉਹ ਬਹੁਤ ਵਧੀਆ ਆ। ਸਾਡੇ ਮੇਰੇ ਬੱਚਿਆਂ ਦੇ ਪੇਰੈਂਟਸ ਨੇ ਬਹੁਤ ਸਾਥ ਦਿੱਤਾ, ਜਦੋਂ ਮੈਂ ਇੱਥੇ ਆਈ ਸੀ ਸਾਰੀ ਬਿਲਡਿੰਗ ਅਨਸੇਫ ਸੀ, ਅਸੀਂ 9 ਕਮਰਿਆਂ ਦੇ ਵਿੱਚ ਲੈਂਟਰ ਪਵਾਇਆ। ਕਿਆ ਬਾਤ ਹੈ ਜੀ, ਪੰਚਾਇਤ ਦੇ ਥਰੂ ਵੀ ਕੰਮ ਹੋਇਆ, NRI ਪਲੱਸ ਬੱਚਿਆਂ ਦੇ ਪੇਰੈਂਟਸ, ਜਿਹੜੇ ਸਾਡੇ ਵਾਈਸ ਚੇਅਰਮੈਨ ਆ ਨੀਤੂ ਮੈਡਮ ਜਿਹੜੇ ਸਾਡੇ ਚੀਫ ਗੈਸਟ ਆ, ਇਹਨਾਂ ਦੇ ਹਸਬੈਂਡ ਦਾ ਬਹੁਤ ਸਾਥ ਰਿਹਾ, ਉਹਨਾਂ ਨੇ ਹੀ ਮੈਨੂੰ ਜ਼ਿਆਦਾ, ਪਹਿਲਾਂ ਮੈਂ ਸਸਾਣੇ ਪਿੰਡ ਸੀ,
उन्होंने मैनू इन्ना प्रेसराइज किया कि नहीं भाभी तुसी इत्थे आओ तुसी जॉइन करो असी थोड़ा पूरा साथ देवांगे। तो वाकई उन्होंने अपना सारा वादा निभाया और असी भी अपने इस स्कूल नू पिंड दे स्कूल नू मैं इस पिंड दी आ साडी फैमिली सरपंच आ तो असी वाकई इस पिंड मतलब पिंड दे स्कूल नू बहुत अगे वधाया। ओके की थैंक यू करना चाहुंदे जी इन्हां सारयां दा? हाँ जी बहुत बहुत थैंक यू उन्हों का जिन्होंने सारा साथ दिता। सोचा नहीं सी किन्ना साथ मिल जाऊगा पर एक साल दे विच ही सानू 30-35 लाख रुपए की डोनेशन मिली जिदे नाल ही स्कूल बनिया। क्या बात है जी, क्या बात है जी। ठीक है जी, तुहाडा बहुत बहुत जिहड़े तुसी अपने कीमती विचार साडे नाल सांझे कीते, तुसी भी कुछ कहना चाहुंदे मैम इस चीज़ ते? सर मैं बस यही कहांगी कि साडी जिहड़ी फीलिंग्स हैगी होई होई है कि अगे तो कि असी इस स्कूल नूं ना वध तो वध इहदा लैवल उच्चा चुकीए तां जो साडे बच्चे जिहड़े आ पढ़ लिख के कुछ ना कुछ चंगीआं पोजीशनां ते पहुंचण। क्या बात है जी, क्या बात है। तुसी भी सर कुछ कहना चाहुंदे हो इस चीज़ ते? हाँ जी, हाँ जी सर, जिस तरह तुम सुन लिया मैडम उन्होंने तो सारा कुछ सुन लिया जी, बहुत मेहनती अध्यापक आ जी, तो इतों के जोड़े पेरेंट्स आ उन्होंने मेरा धन्यवाद है जी, भाई धन्यवाद उन्होंने करते हैं कि उन्होंने इन्ह टीचरों के उत्ते अपना जो कॉन्फिडेंस दिखाया तो उन्होंने अपने बच्चे जो प्राइवेट स्कूलों से हटा के इतने लाए आ, इस करके उन्होंने बहुत बहुत धन्यवाद आ। तो असं भी आस करते हैं कि साढ़े जो स्कूल के टीचर आ उन्होंने निराश नहीं करे जी। जुड़ चुका है जी। की नाम पुत्र अपना? अवलीन कौर जी, इस वे क्लास चो? सैवंथ क्लास तो। जिस तरह दसिया जा रहा वा कि तुसी स्टेट लैवल दे विच खेड के आ चुके हो, डिस्ट्रिक्ट लैवल पर भी तुसी फस्ट आ चुके हो, जो फिफ्थ क्लास विच सी उदों भी तुसी खेड के आ चुके, किस तरह मतलब कि तुसी अपने आप नूं इस तरह काबिल बनाया, किन्ना ने तुहानूं मोटीवेट कीता सीगा? ओके, टीचर्स दा की थैंक यू करना चाहुंदे तुसी? क्या बात है। तुसी कदों कदों मतलब केड़ी केड़ी खेड़ दे विच अग्गे वधे हैं? सारी चीज़ें तुहानूं आउंदियां हैं, हुण तुसी की करके दिखाओगे सानूं? मार्शल आर्ट श्योर, गतका, चलो सानूं एक माड़ी कोई करके दिखाओ, सानूं मूवमेंट करके दिखाओ, गतका कोई स्टार्टिंग कोई मूवमेंट इदां दी होवे कि जो तुसी करके दिखा सको। क्या बात है जी, पंच क्या बात है, ब्लॉक आप ही देख सकते हैं। बच्चों मिलना तो छोटे छोटे बच्चों बुक्स लिया की भी लड़ नहीं पैंती होनी, जो चीज़ तुम सामने देख रहे हैं सारी बुक्स ही सामने रखती इन्होंने खोल के, तो इतना इनवायरमेंट वाकई बहुत ज़्यादा वधिया है कि मैं सारा यही कहना है कि इतने जरूर आन के पढ़ो तो तुहानू काफ़ी चीज़ा सीखने मिलनगियाँ। तो तुम देख सकते हर एक चीज़ का जरा इनवायरमेंट आ, हर एक चीज़ की जी पहचान आ वह दसी गई आ, तो किसी भी कोई दिक्कत वगैरह ना आए पढ़न दे विच, तुम देख सकते हैं मतलब कि बच्चों ने इन्ना ज़्यादा टैलेंटड ने कि देखो तुम अपने पेंटिंग किन्नी सोहनी करते हैं, किन्नी ज़्यादा इन्हों इत क्रिएटिव क्रिएटिव बनाया जाता है, तुम सारे देख सकते हैं काफ़ी काफ़ी कुछ चीज़ा है इतने पेंटिंग तुम देख सकते हैं किस तरह अपने जोड़े है हर एक चीज़ को किस तरह मोडिफाई किया गया है इस रूम
ਤੁਹਾਨੂੰ ਦੱਸ ਦਈਏ ਕਿ ਇੱਥੇ ਹਰ ਇੱਕ ਚੀਜ਼ ਦੀ ਫੈਸਿਲਿਟੀਜ਼ ਜਿਹੜੀ ਹੈਗੀ ਆ ਇੱਥੇ ਬੱਚਿਆਂ ਨੂੰ ਆਲਰੇਡੀ ਐਡਵਾਂਸਡ ਹੋਈ ਦਿੱਤੀ ਗਈ ਆ ਅਤੇ ਇੱਥੇ ਜਿਹੜੇ ਫੰਕਸ਼ਨਸ ਜਿਹੜੇ ਕਰਵਾਏ ਜਾਂਦੇ ਆ ਉੱਥੇ ਇਹਨਾਂ ਦੀਆਂ ਵੀ ਤਸਵੀਰਾਂ ਵੀ ਲਗਾਈਆਂ ਜਾਂਦੀਆਂ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਅਤੇ ਉਹ ਦੂਸਰਾ ਰੂਮ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਥੇ ਇਹ ਲਿਸਨਿੰਗ ਰੂਮ ਹੈ ਜੀ ਲਿਸਨਿੰਗ ਰੂਮ ਨਾ ਅਤੇ ਲਿਸਨਿੰਗ ਲੈਬ ਬਣੀ ਹੋਈ ਆ ਅਤੇ ਇੱਥੇ ਕੀ ਮਤਲਬ ਕਿ ਮੈਮ ਕਰਵਾਇਆ ਜਾਂਦਾ ਇੱਥੇ ਓਕੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਬੱਚਿਆਂ ਨੂੰ ਆਇਲਸ ਕਰਨ ਦੀ ਲੋੜ ਨਹੀਂ ਹੈਗੀ ਉਹ ਇੱਥੋਂ ਕਰਕੇ ਹੀ ਨਿਕਲਣਗੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਅਤੇ ਆਹ ਪ੍ਰੋਪਰ ਇਹ ਰੂਮ ਹੈਗਾ ਆ ਇਹ ਨੇ ਸਾਡੇ ਆਉਣ ਵਾਲਾ ਜਿਹੜਾ ਭਵਿੱਖ ਅਤੇ ਅਸੀਂ ਦੇਖ ਸਕਦੇ ਹਾਂ ਬੱਚਿਆਂ ਨੂੰ ਕਾਫੀ ਜ਼ਿਆਦਾ ਇੱਕ ਯੂਨੀਫਾਰਮ ਵਾਂਗੂ ਰੈਡੀ ਕੀਤਾ ਗਿਆ ਜਿੱਦਾਂ ਇਹਨਾਂ ਨੇ PhD ਕਲੀਅਰ ਕੀਤੀ ਹੁੰਦੀ ਹੈ ਅਤੇ ਮੈਂ ਸਾਰਿਆਂ ਨੂੰ ਕਹਿੰਦਾ ਕਿ ਇੱਥੇ ਆਣ ਕੇ ਜ਼ਰੂਰ ਪੜ੍ਹਨ ਅਤੇ ਜਿਹੜਾ ਇੱਥੋਂ ਦਾ ਇਨਵਾਇਰਮੈਂਟ ਆ ਉਹ ਕਿਤੋਂ ਵੀ ਨਹੀਂ ਮਿਲਣਾ ਹੈਗਾ ਅਤੇ ਕੁਛ ਇੱਥੇ ਪੇਰੈਂਟਸ ਵੀ ਆਏ ਨੇ ਉਹਨਾਂ ਦੇ ਬੱਚਿਆਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਮਾੜਾ ਜਿਹਾ ਸਤਿ ਸ਼੍ਰੀ ਅਕਾਲ ਮੈਡਮ ਕਿੱਦਾਂ ਦਾ ਲੱਗ ਰਿਹਾ ਜੀ ਤੁਹਾਡਾ ਜੀ ਬੇਟੀ ਆ ਕੀ ਨਾਮ ਇਹਨਾਂ ਦਾ ਕਿਹੜੀ ਕਲਾਸ 'ਚੋਂ ਪਾਸ ਆਊਟ ਹੋ ਗਏ ਕਿਹੜੀ UKG ਤੋਂ ਹੋ ਕੇ ਫਸਟ ਵਿੱਚ ਹੋ ਗਏ ਆ ਹਾਂਜੀ ਕਿੱਦਾਂ ਲੱਗ ਰਿਹਾ ਮੈਡਮ ਤੁਹਾਨੂੰ ਕੀ ਕਹਿਣਾ ਚਾਹੁੰਦੇ ਆ ਸਕੂਲ ਬਾਰੇ ਕਿੰਨਾ ਕੁ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ 5th ਕਲਾਸ ਵੀ ਇੱਥੇ ਕਰਨਗੇ ਅਤੇ ਇੱਦਾਂ ਤਾਂ ਨਹੀਂ ਹੋਊਗਾ ਜਿੱਦਾਂ 2nd 3rd ਵਿੱਚ ਹੋ ਗਏ ਬਾਅਦ 'ਚ ਪ੍ਰਾਈਵੇਟ ਮਤਲਬ ਇੱਥੇ ਹੀ ਜਾਣਗੇ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਵਧੀਆ ਜੀ ਠੀਕ ਬਹੁਤ ਵਧੀਆ ਅੱਛਾ ਬੱਚਿਓ ਸਾਰਿਆਂ ਨੇ ਹੱਥ ਖੜੇ ਕਰਨੇ ਆ ਹਾਂਜੀ ਵਾਹ ਕਿਆ ਬਾਤ ਹੈ ਦੇਖੋ ਤੁਸੀਂ ਮੇਨ ਆਫਿਸ ਜਿਹੜਾ ਹੈਗਾ ਆ ਇਹ ਪ੍ਰਾਈਵੇਟ ਸਕੂਲ ਦੇ ਨਾਲੋਂ ਵੀ ਜ਼ਿਆਦਾ ਬਹੁਤ ਵਧੀਆ ਆ ਦੇਖੋ ਜੀ ਸਕੂਲ 'ਚ AC ਵੀ ਲੱਗਾ ਹੋਇਆ ਇਹ ਆਫਿਸ ਰੂਮ ਦਾ ਹੈਗਾ ਆ ਅਤੇ ਇੱਥੇ ਜਿੰਨੇ ਵੀ ਆਪਣੇ ਕੈਡ ਹੈਗੀ ਆ ਸੋਸਾਇਟੀ ਹੈਗੀ ਆ ਸਾਰੇ ਆਪਣੇ ਉਹਨਾਂ ਦੀ ਫੋਟੋਜ਼ ਵੀ ਲੱਗੀਆਂ ਹੋਈਆਂ ਨੇ ਜਿਹੜੇ ਆਪਣੇ ਇਸ ਪਿੰਡ ਦੇ ਨੇ ਅਤੇ ਆ ਤੁਸੀਂ ਦੇਖ ਸਕਦੇ ਆ ਹਰ ਇੱਕ ਚੀਜ਼ ਦੀ ਜਿਹੜੀ ਮੂਵਮੈਂਟ ਜਿਹੜੀ ਹੈਗੀ ਆ ਬੱਚਿਆਂ ਦੇ ਨਾਲ ਜਿਹੜੀ ਕੀਤੀ ਜਾਂਦੀ ਆ ਇਹ ਤੁਸੀਂ ਦੇਖ ਸਕਦੇ ਆ ਇਹ ਉਹਦੀ ਫੋਟੋ ਲਗਾਈ ਜਾਂਦੀ ਆ ਅਤੇ ਉੱਥੇ ਜਿਹੜੇ ਪ੍ਰਾਈਜ਼ ਜਿਹੜੇ ਹੈਗੇ ਆ ਉਹ ਇੱਥੇ ਵਗੈਰਾ ਰੱਖੇ ਜਾਂਦੇ ਆ ਆ ਤੁਸੀਂ ਦੇਖ ਸਕਦੇ ਆ ਜੀ ਵਾਹ ਜੀ ਵਾਹ ਕਿਆ ਬਾਤ ਹੈ ਜੀ ਕਿਆ ਬਾਤ ਹੈ ਸਿੱਚੇਵਾਲ ਬਾਬਾ ਜੀ ਵੀ ਇੱਥੇ ਇਨਵੋਲਵ ਹੈਗੇ ਆ ਤੁਸੀਂ ਦੇਖ ਸਕਦੇ ਆ ਇਹ ਸੰਤ ਸਿੱਚੇਵਾਲ ਹੈ ਸੰਤ ਪੂਰਾ ਨਾਂ ਨਹੀਂ ਯਾਦ ਆ ਰਿਹਾ ਜੋ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਮੂਵਮੈਂਟ ਜਿਹੜੀ ਹੈਗੀ ਆ ਜਿਹੜੀ ਫੋਟੋਜ਼ ਵਗੈਰਾ ਲਗਾਈਆਂ ਜਾਂਦੀਆਂ ਨੇ ਆ ਤੁਸੀਂ ਦੇਖ ਸਕਦੇ ਆ ਉਹ ਸਾਰੀਆਂ ਇਹ ਫੋਟੋਜ਼ ਨੇ ਹਾਂ ਬਲਵੀਰ ਸਿੰਘ ਸਵਿੱਚ ਆ ਵਾਕਈ ਜੋ ਸੁਣਿਆ ਸੀ ਉਹ ਤੋਂ ਵੱਧ ਹੀ ਇੱਥੇ ਦੇਖਣ ਨੂੰ ਸਰ ਮਿਲ ਰਿਹਾ ਆ ਸਰ ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਹਾਨੂੰ ਜਦੋਂ ਤੁਸੀਂ ਇਸ ਆਫਿਸ ਰੂਮ 'ਚ ਬਹਿੰਦੇ ਹੋ ਕਿਸ ਤਰ੍ਹਾਂ ਤੁਹਾਨੂੰ ਫੀਲ ਹੁੰਦਾ ਆ ਸਰ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਕਿ ਮੈਂ ਇੱਕ ਅੱਛੇ ਸਕੂਲ ਦੇ ਵਿੱਚ ਆਣ ਕੇ ਅੱਛੇ ਨਾਗਰਿਕ ਬਣਾ ਕੇ ਇੱਥੋਂ ਭੇਜਾਂ ਤਾਂ ਜੋ ਗਾਂ ਮਤਲਬ ਕਿ ਸਾਰੇ ਸਾਡੇ ਮਤਲਬ ਪੂਰੇ ਸਟੇਟ ਦਾ ਸਾਡਾ ਜਿਹੜਾ ਨਾ ਨਾਂ ਉੱਚਾ ਹੋਵੇ ਹੋਊਗਾ ਜੀ ਸਾਡੇ ਬੱਚੇ ਜਿਹੜੇ ਆ ਨਾ ਵਧੀਆ ਡਿਵੈਲਪ ਕਰਨ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਮ ਹੋਊਗਾ ਇਹ ਬਿਲਕੁਲ ਹੋਏਗਾ ਕਿਉਂਕਿ ਤੁਹਾਡੀ ਮਿਹਨਤ ਜਿਹੜੀ ਹੈਗੀ ਹੈ ਮੈਮ ਦਿਖ ਰਹੀ ਹੈ ਅਤੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਚੀਜ਼ 'ਤੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਇਸ ਪਿੰਡ ਦੇ ਸੂਸ ਬਲਾਕ ਫੁੱਲੋਵਾਲ ਅਤੇ ਕਲਸਟਰ ਕਾਲੂਵਾਲਾ ਅਤੇ ਡਿਸਟ੍ਰਿਕਟ ਸ਼ਾਹ ਇਹ ਤੁਸੀਂ ਦੇਖ ਹੀ ਲਿਆ ਜੀ ਸਾਡੇ ਪਿੰਡ ਵਾਲਿਆਂ ਦਾ ਸਹਿਯੋਗ ਕਿੰਨਾ NRI ਭਰਾਵਾਂ ਦਾ ਕਿੰਨਾ ਇੱਥੇ ਗੁਰਦੁਆਰਾ ਸਾਹਿਬ ਹੈਗੇ ਆ ਬਾਬਾ ਜਵਾਹਰਦਾਸ ਜੀ ਉਹਨਾਂ ਦਾ ਬਹੁਤ ਸਹਿਯੋਗ ਹੈ ਜੀ ਬਾਕੀ ਤੁਸੀਂ ਪੇਰੈਂਟਸ ਨਾਲ ਗੱਲ ਕਰ ਲਈ ਆ ਹਾਂਜੀ ਉਹਨਾਂ ਦਾ ਵੀ ਆਪਾਂ ਕੁਛ ਹੋਰ ਵੀ ਪੇਰੈਂਟਸ ਨਾਲ ਗੱਲਬਾਤ ਕਰਾਂਗੇ ਜ਼ਰੂਰ ਕਿਉਂਕਿ ਜਿੱਥੋਂ ਦਾ ਇਨਵਾਇਰਮੈਂਟ ਇੰਨਾ ਵਧੀਆ ਹੈ ਉੱਥੋਂ ਦੇ ਜਿਹੜੇ ਜਿਹੜੇ ਤੁਹਾਡੇ ਨਾਲ ਸਪੋਰਟਰ ਨੇ ਉਹ ਕਿੰਨਾ ਕੁ ਸਪੋਰਟ ਕਰਦੇ ਨੇ ਉਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਸ ਤੋਂ ਪਹਿਲਾਂ ਆਪਾਂ ਸਕੂਲ ਘੁੰਮ ਲਈਏ ਤੁਹਾਡਾ ਹੈ ਨਾ ਆਓ ਜੀ ਲੈ ਚਲੋ ਸਾਨੂੰ ਸਕੂਲ 'ਚ ਜੀ
ਤੁਸੀਂ ਆ ਗੈਦਰਿੰਗ ਦੇਖ ਸਕਦੇ ਆ ਬੱਚਿਆਂ ਦੀ ਵਾਹ ਜੀ ਆ ਤੁਸੀਂ ਦੇਖ ਸਕਦੇ ਆ ਇਹ ਉਹ ਰੂਮ ਆ ਜਿੱਥੇ ਛੋਟੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਦੇ ਵਿੱਚ ਸਟੱਡੀ ਐਜੂਕੇਸ਼ਨ ਜਿਹੜੀ ਹੈਗੀ ਸਟੱਡੀ ਜਿਹੜੀ ਹੈਗੀ ਉਹ ਕਰਵਾਈ ਜਾਂਦੀ ਆ ਅਤੇ ਇੱਥੇ ਮੈਮ ਮੈਨੂੰ ਨਹੀਂ ਲੱਗਦਾ ਕਿ ਬੱਚਿਆਂ ਨੂੰ ਜਿਹੜੀ ਕਿਤਾਬਾਂ ਦੀ ਲੋੜ ਪੈਂਦੀ ਹੋਊਗੀ ਖਾਲੀ ਹੱਥ ਆਉਂਦੇ ਹੋਣਗੇ ਕਿਉਂਕਿ ਸਾਰੀ ਬੁੱਕਸ ਜਿਹੜੀ ਹੈਗੀ ਆ ਉਹ ਇੱਥੇ ਦਿਖ ਰਹੀ ਮੈਨੂੰ ਤਾਂ ਕੀ ਕਹਿਣਾ ਚਾਹੁੰਦੇ ਵਾਕਈ ਇਹ ਗੱਲ ਸੱਚ ਆ ਬਿਲਕੁਲ ਜੀ ਬਿਲਕੁਲ ਸਾਡੇ ਬੱਚੇ ਮਤਲਬ ਇੱਦਾਂ ਸਾਡੇ ਬੱਚੇ ਜਦੋਂ ਸਕੂਲ ਆਉਂਦੇ ਨਾ ਉਹਨਾਂ ਮਨ 'ਚ ਡਰ ਨਹੀਂ ਹੁੰਦਾ ਕਿ ਅਸੀਂ ਸਕੂਲ ਜਾ ਰਹੇ ਹਾਂ ਬੱਚੇ ਸਾਡੇ ਨਾਲ ਇੱਦਾਂ ਆਣ ਕੇ ਮਿਲਦੇ ਆ ਜਿੱਦਾਂ ਬੱਚੇ ਇੱਕ ਮਾਂ ਨੂੰ ਮਿਲਦੇ ਆ ਕਿਉਂਕਿ ਆਣ ਕੇ ਇਹਦਾ ਜੱਫੀ ਪਾ ਕੇ ਸਾਰੇ ਬੱਚੇ ਸਾਡੇ ਨਾਲ ਮਿਲਦੇ ਆ ਕਿਆ ਬਾਤ ਹੈ ਉਹਨਾਂ ਦਾ ਵੈਲਕਮ ਵੀ ਉਸੇ ਤਰ੍ਹਾਂ ਹੀ ਕਰੀਦਾ ਹੈ ਕਿਆ ਬਾਤ ਹੈ ਜੀ ਉਹ ਦੇਖ ਰਿਹਾ ਜੀ ਤੁਸੀਂ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਇਹ ਪੱਖਿਆਂ ਤੋਂ ਲੱਗ ਰਿਹਾ ਜੀ ਦੇਖੋ ਜੀ ਪਰੀਆਂ ਵੀ ਬਣੀਆਂ ਹੋਈਆਂ ਉੱਤੇ ਅਤੇ ਇੱਕ ਹੋਰ ਵੀ ਚੀਜ਼ ਹੈ ਦੂਸਰੇ ਫੈਨ 'ਤੇ ਇਹਨਾਂ ਨੇ ਛੋਟਾ ਬੀਮ ਵੀ ਬਣਾਇਆ ਹੋਇਆ ਛੋਟਾ ਬੀਮ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਮੰਕੀ ਛੋਟਾ ਮੋਟਾ ਜੋ ਵੀ ਹੈਗੇ ਸਾਰੇ ਜਿੰਨੇ ਵੀ ਕਾਰਟੂਨਸ ਹੈਗੇ ਆ ਉਹ ਸਾਰੇ ਇੱਥੇ ਬਣਾਏ ਗਏ ਆ ਤਾਂ ਜੋ ਉਹ ਮੋਟੂ ਪਤਲੂ ਵੀ ਬਣਾਏ ਗਏ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਪਤਾ ਲੱਗੇ ਕਿ ਕਿਹੜਾ ਮੋਟੂ ਆ ਕਿਹੜਾ ਪਤਲੂ ਆ ਅਤੇ ਆਹ ਤੁਸੀਂ ਦੇਖ ਸਕਦੇ ਆ ਛੋਟਾ ਬੀਮ ਛੋਟਾ ਆਹ ਵੇਖ ਮੋਟੂ ਪਤਲੂ ਬਣਿਆ ਹੋਇਆ ਅਤੇ ਡੋਰਮੋਨਸ ਵੀ ਹੈਗੇ ਆ ਵਾਹ ਜੀ ਵਾਹ ਸਰ ਵਾਹ ਜੀ ਵਾਹ ਇਹ ਬੱਚਿਆਂ ਦੇ ਖੇਡਣ ਵਾਸਤੇ ਇਹ ਸਾਰਾ ਸਮਾਨ ਆ ਕਿ ਇੱਥੇ ਬੱਚਿਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਇੱਥੋਂ ਘਰ ਵੀ ਜਾਣ ਨੂੰ ਦਿਲ ਕਰਦਾ ਹੋਊਗਾ ਉਹਨਾਂ ਦਾ ਅਤੇ ਆਹ ਤੁਸੀਂ ਦੇਖੋ ਜੀ ਇਹਦਾ ਫਲਾਵਰ ਪਲਾਂਟਸ ਇੱਥੇ ਬੁਕੇਜ਼ ਵਗੈਰਾ ਰੱਖੇ ਹੋਏ ਆ ਟੀਚਰਸ ਨੇ ਅਤੇ ਮੈਂ ਕਿਹਾ ਇੱਥੇ ਯੂਨੀਫਾਰਮ ਵੀ ਹੋਊਗੀਆਂ ਓਕੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਬਾਕੀ ਇਹ ਚੀਜ਼ਾਂ ਬੜੀਆਂ ਜਿਹੜੀਆਂ ਹੈਗੀਆਂ ਤਾਰੀਫ ਦੇ ਯੋਗ ਆ ਅਤੇ ਇੱਥੇ ਬੱਚਿਆਂ ਨੂੰ ਹਰ ਇੱਕ ਚੀਜ਼ ਦੀ ਫੈਸਿਲਿਟੀਜ਼ ਦਿੱਤੀ ਜਾਂਦੀ ਜਿਹੜੇ ਬੱਚੇ ਫਸਟ ਆਉਂਦੇ ਆ ਉਹਨਾਂ ਦੀ ਇੱਥੇ ਫੋਟੋ ਵੀ ਕਲਿੱਕ ਕੀਤੀ ਜਾਂਦੀ ਆ ਫੋਟੋ ਕਲਿੱਕ ਕਰਕੇ ਇੱਥੇ ਲਗਾਈ ਜਾਂਦੀ ਆ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਹੋਰ ਵੀ ਬੱਚਿਆਂ ਦੀ ਇੱਥੇ ਫੋਟੋ ਲੱਗਣ ਜਾਂ ਪੂਰੀ ਅਲਮਾਰੀ ਜਿਹੜੀ ਹੈਗੀ ਆ ਭਰ ਜਾਵੇ ਜਲਦੀ ਤੋਂ ਜਲਦੀ ਭਰ ਜਾਵੇ ਇੱਥੇ ਕੋਈ ਵੀ ਜਗ੍ਹਾ ਰਵੇ ਨਾ ਅਤੇ ਵਾਕਈ ਇਹ ਜਿਹੜੀ ਹੈਗੀ ਜਗ੍ਹਾ ਬਹੁਤ ਵਧੀਆ ਆ ਅਤੇ ਏਸੀ ਲੱਗਾ ਆ ਤੁਸੀਂ ਦੇਖ ਸਕਦੇ ਆ ਕਿਆ ਬਾਤ ਹੈ ਜੀ ਆਂਗਣਵਾੜੀ ਰੂਮ ਆਂਗਣਵਾੜੀ ਸੈਂਟਰ ਹੈ ਅਤੇ ਇੱਥੇ ਵੀ ਤੁਸੀਂ ਦੇਖ ਸਕਦੇ ਆ ਕਿ ਜਿਸ ਤਰ੍ਹਾਂ ਬਾਕੀ ਕਲਾਸਾਂ ਦੇ ਨੂੰ ਧਿਆਨ ਵਿੱਚ ਰੱਖਿਆ ਗਿਆ ਇਹਨੂੰ ਵੀ ਪੂਰਾ ਧਿਆਨ ਦੇ ਵਿੱਚ ਦਿੱਤਾ ਗਿਆ ਆ ਅਤੇ